ਅਕਾਲ ਪੁਰਖ ਦੀ ਫੌਜ ਵੱਲੋਂ ਅੰਮ੍ਰਿਤਸਰ ਦੇ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ, ਪੱਗੜੀ ਸੰਭਾਲ ਪ੍ਰੋਗਰਾਮ ਦਾ ਨਾਮ ਹੈ, ਅਤੇ ਨਾਲ ਹੀ ਬੱਚਿਆਂ ਨੂੰ ਪੱਗਾਂ ਨੂੰ ਲੈ ਕੇ ਇੱਕ ਕੰਪੀਟੀਸ਼ਨ ਵੀ ਕਰਵਾਇਆ ਜਾ ਰਿਹਾ। ਸੋ ਜਕਾਰਾ ਛੱਡਿਆ ਗਿਆ ਹੈ, ਜਕਾਰੇ ਤੋਂ ਬਾਅਦ ਬੱਚੇ ਲਗਾਤਾਰ ਪੱਗ ਦੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਰਹੇ ਆ ਅਤੇ ਖੁਦ ਪੱਗ ਨੂੰ ਬੰਨ ਰਹੇ ਆ। ਸੋ ਇੱਕ ਜਾਗਰੂਕਤਾ ਵੀ ਬੱਚਿਆਂ ਦੇ ਵਿੱਚ ਲਿਆਉਣ ਲਈ ਕਾਫੀ ਦੇਰ ਤੋਂ ਇਸ ਮਿਸ਼ਨ ਦੇ ਨਾਲ ਅਕਾਲ ਪੁਰਖ ਦੀ ਫੌਜ ਵੱਲੋਂ ਇਸ ਪ੍ਰੋਗਰਾਮ ਨੂੰ ਜਿਹੜਾ ਲਗਾਤਾਰ ਜਿਹੜਾ ਕਰਵਾਇਆ ਜਾ ਰਿਹਾ। ਆਪਾਂ ਅਕਾਲ ਪੁਰਖ ਦੀ ਫੌਜ ਦੇ ਮੁਖੀ ਨਾਲ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਉਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਵੱਲੋਂ ਖੁਦ ਪੱਗ ਨੂੰ ਬੰਨਿਆ ਜਾ ਰਿਹਾ, ਅਤੇ ਇਸ ਮਿਸ਼ਨ ਦਾ ਮਕਸਦ ਇਹ ਵੀ ਹੈ ਕਿ ਲਗਾਤਾਰ ਜਾਗਰੂਕਤਾ ਜਿਹੜੀ ਬੱਚਿਆਂ ਦੇ ਵਿੱਚ ਨਾਲ ਸਿੱਖੀ ਦੇ ਵਿੱਚ ਜਾਗਰੂਕਤਾ ਲਿਆਈ ਜਾਏ। ਸਰ ਲਗਾਤਾਰ ਜਿਹੜਾ ਅਕਾਲ ਪੁਰਖ ਦੀ ਫੌਜ ਵੱਲੋਂ ਲਗਾਤਾਰ ਕਾਫੀ ਦੇਰ ਤੋਂ ਉਪਰਾਲਾ ਕੀਤਾ ਜਾ ਰਿਹਾ, ਇਸ ਦੇ ਨਾਲ ਜਾਗਰੂਕਤਾ ਵੀ ਆਏਗੀ, ਅਤੇ ਹੋਰ ਕੀ ਮਕਸਦ ਹੈ ਇਸ ਪ੍ਰੋਗਰਾਮ ਦਾ? ਜਿਹੜੇ ਦਿਨ ਜਾਂਦੇ ਨਾ 21 ਦਸੰਬਰ ਤੋਂ ਲੈ ਕੇ ਜੀ 28 ਤੱਕ ਜੀ, ਇਹ ਬੇਅੰਤ ਸਿੰਘ ਗੁਰੂ ਸਾਹਿਬ ਨੇ ਆਪਣੇ ਸ਼ਹੀਦ ਕਰਾਏ ਆ, ਅਤੇ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਵੀ ਇਹਨਾਂ ਦਿਨਾਂ ਸ਼ਹੀਦ ਕਰਾਇਆ। ਇਹ ਸਿਰਫ ਉਹਨਾਂ ਸ਼ਹੀਦ ਸਿੰਘਾਂ ਨੂੰ, ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਜੀ ਅਸੀਂ ਤਾਂ ਉਹਨੂੰ ਯਾਦ ਵਾਸਤੇ ਕਰਾ ਰਹੇ ਹਾਂ ਜੀ। ਇਸ ਤੋਂ ਪਹਿਲਾਂ ਵੀ ਕਾਫੀ ਦੇਰ ਤੋਂ ਇਹ ਪ੍ਰੋਗਰਾਮ ਤੁਸੀਂ ਕਰਵਾ ਰਹੇ ਹੋ, ਇਸ ਦੇ ਨਾਲ ਜਾਗਰੂਕਤਾ ਵੀ ਆਏਗੀ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਿੱਖੀ ਨਾਲ ਕਈ ਲੋਕ ਵੀ ਆ ਕੇ ਜੁੜੂਗੇ, ਕਿਉਂਕਿ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰੋਗਰਾਮ ਚਲਾਏ ਜਾ ਰਹੇ ਆ ਸਿੱਖੀ ਦੇ ਵਿੱਚ, ਲੋਕਾਂ ਨੂੰ ਵਾਪਸੀ ਮੁੜ ਵਾਪਸੀ ਕਰਵਾਈ ਜਾ ਰਹੀ ਹੈ, ਕਿ ਇਸ ਦੇ ਨਾਲ ਉਹ ਵੀ ਕੋਈ ਮਕਸਦ? ਹਾਂ ਬਿਲਕੁਲ, ਅਸੀਂ ਦੇਖੋ ਇਹ ਇਕੱਲੇ ਦਸਤਾਰ ਮੁਕਾਬਲੇ ਨਹੀਂ ਆ, ਅਸੀਂ 3 ਲੱਖ ਕਿਤਾਬ ਸਾਹਿਬਜ਼ਾਦਿਆਂ ਦੀ ਉਹ 'ਚ ਸਵਾਲ ਜਵਾਬ ਨੇ, ਅਸੀਂ 3 ਲੱਖ ਪ੍ਰਸ਼ਨੋਤਰੀ ਸਾਰੇ ਪੰਜਾਬ 'ਚ ਬਣਦੀ ਹੈ। ਤਿੰਨ ਲੱਖ ਦਾ ਮੀਨਿੰਗ ਹੈ ਵੀ 12 ਲੱਖ ਬੰਦੇ, ਜੇ ਘੱਟ 4 ਮੈਂਬਰ ਹੋਣ, ਜੇ 4 ਜੀ ਇਕੱਠੇ ਬਹਿ ਕੇ ਪੜ੍ਹਨਗੇ ਤਾਂ 12 ਲੱਖ ਬੰਦਿਆਂ ਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਪਤਾ ਲੱਗ ਜਾਏਗਾ ਵੀ ਸ਼ਹੀਦੀਆਂ ਕਿਵੇਂ ਹੋਈਆਂ, ਕੌਣ ਕੌਣ ਸ਼ਹੀਦ ਹੋਇਆ, ਕਿੰਨੇ ਕਿੰਨੇ ਸਿੰਘ ਸ਼ਹੀਦ ਹੋਏ, ਉਹਦੇ ਬਾਰੇ ਉਹ ਜਿਹੜੀ ਕਿਤਾਬ ਹੈ ਉਹ ਅਸੀਂ ਵੰਡੀ ਹੈ। ਉਸ ਅਸੀਂ ਪਿਛਲੇ ਸਾਲ ਵੰਡੀ ਸੀ 2 ਲੱਖ, ਪਹਿਲੇ ਸਾਲ 1 ਲੱਖ, ਐਸੀ ਅਸੀਂ 3 ਲੱਖ ਪ੍ਰਸ਼ਨੋਤਰੀ ਸਾਰੇ ਪੰਜਾਬ 'ਚ ਵੰਡ ਚੁੱਕੇ ਹਾਂ ਜੀ। ਅਤੇ ਜਿਹੜਾ ਪ੍ਰੋਗਰਾਮ ਕਰਵਾਏ ਜਾ ਰਹੇ, ਇਸ ਦੇ ਵਿੱਚ ਇਨਾਮ ਵਟਾਂਦਰਾ ਵੀ ਕੀਤਾ ਜਾਏਗਾ, ਇਨਾਮ ਕੀ ਰੱਖੇ ਗਏ ਹੈ, ਕਿਸ ਹਿਸਾਬ ਨਾਲ ਇਹ ਪ੍ਰੋਗਰਾਮ ਸਾਰਾ ਚੱਲਦਾ ਵਾ, ਕਿਵੇਂ ਪੱਗੜੀ ਜਿਹੜੀ ਪੱਗ ਜਿਹੜੇ ਦਸਤਾਰ ਸਜਾਉਂਦੇ ਆ ਬੱਚੇ, ਉਸ ਤੋਂ ਬਾਅਦ ਜਿਹੜਾ ਜੇਤੂ ਹੁੰਦਾ ਉਸਨੂੰ ਕੀ ਵਟਾਂਦਰਾ ਕੀਤਾ ਜਾਂਦਾ? ਇਹਨਾਂ ਬੱਚਿਆਂ ਨੂੰ ਟਾਈਮ ਦੇਈਦਾ 10 ਮਿੰਟ ਦਾ ਦਸਤਾਰ ਸਜਾਉਣ ਵਾਸਤੇ, ਅਤੇ ਉਸ ਤੋਂ ਬਾਅਦ ਸਾਡੇ ਮਗਰ ਬੈਠੇ ਹੋਏ ਜਿਹੜੇ ਜੱਜਮੈਂਟ ਸਾਹਿਬ, ਉਹ ਜੱਜ ਕਰ ਰਹੇ ਨੇ ਹਰ ਬੰਦੇ ਨੂੰ ਪੱਗ, ਉਹ ਸਾਰੇ ਵੀਰ ਹਰ ਐਤਵਾਰ ਬੱਚਿਆਂ ਨੂੰ ਫਰੀ ਦਸਤਾਰ ਸਿਖਾਉਂਦੇ ਨੇ, ਅਤੇ ਉਹ ਅੱਜ ਇੱਥੇ ਪਹੁੰਚੇ ਨੇ ਚੇਚਾ ਬੱਚਿਆਂ ਵਾਸਤੇ ਕਰਨ ਵਾਸਤੇ ਜੱਜਮੈਂਟ। ਅਤੇ ਜਿਹੜੇ ਬੱਚੇ ਦੋ ਗਰੁੱਪ ਨੇ, ਛੋਟਾ ਅਤੇ ਵੱਡਿਆਂ ਦਾ, ਫਿਰ ਦੋਵਾਂ ਗਰੁੱਪਾਂ ਦੇ ਵਿੱਚ ਬੱਚਿਆਂ ਨੂੰ ਇਹ ਸਾਈਕਲ ਇਨਾਮ ਨੇ, ਘੜੀਆਂ ਨਾਮ ਨੇ, ਗੁੱਟ ਘੜੀਆਂ ਨਾਮ ਨੇ, ਸਾਰੇ ਬੱਚਿਆਂ ਦੇ ਹੌਸਲਾ ਦੇ ਇਹ ਨਾਮ ਆਪਾਂ ਰੱਖੇ ਹੋਏ ਜੀ। ਕਿੰਨਵਾਂ ਪ੍ਰੋਗਰਾਮ ਤੁਹਾਡਾ, ਕਿੰਨੇ ਪ੍ਰੋਗਰਾਮ ਅੱਗੇ ਤੁਸੀਂ ਕਰ ਚੁੱਕੇ ਹੋ, ਕਿੰਨਵਾਂ ਕੁੱਲ ਪ੍ਰੋਗਰਾਮ ਹੈ, ਕਿੰਨੀ ਦੇਰ ਤੋਂ ਕਰ? ਇਹ 6ਵਾਂ ਪ੍ਰੋਗਰਾਮ ਜੀ ਇਸ ਵਾਰ ਜਿਹੜਾ ਆਪਾਂ ਇੱਥੇ ਕਰ ਰਹੇ ਹਾਂ। ਇਸ ਤੋਂ ਪਹਿਲੇ ਅਸੀਂ 4 ਸਾਲ ਪਹਿਲੇ ਪ੍ਰੋਗਰਾਮ ਉਹ ਜਗ੍ਹਾ 'ਤੇ ਕੀਤੇ ਆ, ਪਰ ਸਾਨੂੰ ਲੱਗਾ ਵੀ ਇਹ ਜਗ੍ਹਾ ਵਧੀਆ, ਫਿਰ ਇੱਥੇ ਲਗਾਤਾਰ ਕੰਟੀਨਿਊ ਇਹ 6ਵਾਂ ਪ੍ਰੋਗਰਾਮ ਅਸੀਂ ਇੱਥੇ ਕਰਾ ਰਹੇ ਹਾਂ ਜੀ। ਸੋ ਬਿਲਕੁਲ 6ਵਾਂ ਪ੍ਰੋਗਰਾਮ ਕਰਵਾਇਆ ਜਾ ਰਿਹਾ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਸਤਾਰ ਬੱਚੇ ਸਜਾਉਂਦੇ ਜ਼ਰੂਰ ਨਜ਼ਰ ਆ ਰਹੇ ਆ। ਸੋ ਇੱਕ ਪ੍ਰੋਗਰਾਮ ਦੇ ਜ਼ਰੀਏ ਇਹਨਾਂ ਨੂੰ ਜਿਹੜੇ ਜੇਤੂ ਬੱਚੇ ਹੋਣਗੇ ਉਹਨਾਂ ਨੂੰ ਇਨਾਮ ਵੀ ਜਿਹੜੇ ਦਿੱਤੇ ਜਾਣਗੇ। ਅਸੀਂ ਹੋਰ ਵੀ ਬੱਚਿਆਂ ਨਾਲ ਜਿਹੜੀ ਗੱਲ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ। ਬੇਟਾ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਪ੍ਰੋਗਰਾਮ ਕਰਵਾਏ ਜਾਏ, ਇਹਦੀ ਕਿੰਨੀ ਜ਼ਰੂਰਤ ਹੈ, ਕਿੰਨੀ ਲੋੜ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ
ਜਿਹੜੇ ਬੱਚਿਆਂ ਨੂੰ ਦਸਤਾਰ ਸਜਾਉਣਾ, ਖੁਦ ਸਜਾਉਣਾ ਇੱਕ ਬੜੀ ਵੱਡੀ ਗੱਲ ਹੈ। ਹਾਂਜੀ, ਇਹਦੀ ਜਿਹੜੇ ਪ੍ਰੋਗਰਾਮ ਕਰਵਾਏ ਜਾਂਦੇ ਇਹਦੀ ਬਹੁਤ ਜ਼ਰੂਰਤ ਹੈ, ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਨਸ਼ਿਆਂ ਵਿੱਚ ਲੱਗ ਕੇ ਨਸ਼ੇ ਕਰਦੇ ਹਨ, ਬਹੁਤ ਗੰਦੇ ਗੰਦੇ ਨਸ਼ੇ ਕਰਦੇ ਹਨ, ਅਤੇ ਉਸ ਕਰਕੇ ਜਿਹੜਾ ਯੂਥ ਹੈ ਬਹੁਤ ਗਲਤ ਪਾਸੇ ਜਾ ਰਿਹਾ, ਅਤੇ ਇਹਦੇ ਨਾਲ ਸਾਰੇ ਜਿਹੜਾ ਯੂਥ ਹੈ ਉਹ ਚੰਗੇ ਪਾਸੇ ਲੱਗ ਰਿਹਾ, ਦਸਤਾਰਾਂ ਸਿੱਖ ਰਹੇ ਨੇ, ਦਸਤਾਰਾਂ ਬਣ ਰਹੇ ਨੇ, ਅਤੇ ਬਹੁਤ ਚੰਗੀ ਗੱਲ ਹੈ। ਲੱਗਦਾ ਫਰਕ ਪਏਗਾ, ਫਾਇਦਾ ਹੋਏਗਾ ਜਿਹੜਾ ਯੂਥ ਸਿੱਖੀ ਛੱਡ ਕੇ ਜਾਂ ਕੋਈ ਵੀ ਅੱਜ ਡਰੱਗਸ ਵਾਲੇ ਪਾਸੇ ਯੂਥ ਜਾ ਰਿਹਾ, ਇਸ ਦੇ ਨਾਲ ਫਾਇਦਾ ਮਿਲੇਗਾ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਬਾਰੇ ਪਤਾ ਲੱਗੇਗਾ, ਨਾਲ ਜਿਹੜੇ ਸ਼ਹੀਦੀ ਮਹੀਨਾ ਚੱਲ ਰਿਹਾ ਉਸ ਬਾਰੇ ਪਤਾ ਲੱਗੇਗਾ। ਜਿੰਨੀ ਪੱਗ ਬੰਨਾਂਗੇ ਨਾ ਆਪਾਂ, ਉਨੀ ਸਾਨੂੰ ਸਿੱਖੀ ਦਾ ਪਤਾ ਲੱਗੂਗਾ। ਅਸੀਂ ਦਰਬਾਰ ਸਾਹਿਬ ਦਸਤਾਰ ਸਿਖਾਉਂਦੇ ਹਾਂ ਹਰ ਸੰਡੇ, ਉੱਥੇ ਸਿੱਖੋ ਅਤੇ ਨਾਲ ਅਸੀਂ ਜਾ ਸਿਖਾਉਂਦੇ ਹਾਂ। ਸੋ ਇੱਕ ਜਾਗਰੂਕਤਾ ਦੀ ਬਹੁਤ ਜ਼ਰੂਰਤ ਹੈ, ਇਸ ਪ੍ਰੋਗਰਾਮ ਦੇ ਨਾਲ ਜਾਗਰੂਕਤਾ ਆਏਗੀ। ਸੋ ਬੱਚਿਆਂ ਦਾ ਵੀ ਕਹਿਣਾ ਹੈ ਕਿ ਅੱਜ ਦੇ ਜਿਹੜਾ ਯੁਵਾ ਵੈ ਡਰੱਗ ਅਡਿਕਟ ਹੋ ਰਿਹਾ ਹੈ, ਅਗਰ ਇਹੋ ਜਿਹੇ ਪ੍ਰੋਗਰਾਮ ਲਗਾਤਾਰ ਚੱਲਣਗੇ ਤਾਂ ਇਸ ਦੇ ਨਾਲ ਸਿੱਖੀ ਨੂੰ ਵੀ ਫਾਇਦਾ ਮਿਲੇਗਾ, ਨਾ ਲੋਕ ਡਰੱਗ ਛੱਡ ਕੇ ਸਿੱਖੀ ਦੇ ਨਾਲ ਵੀ ਜੁੜਨਗੇ। ਅਮਿਤ ਸ਼ਰਮਾ, ਪੰਜਾਬ ਤੱਕ, ਅੰਮ੍ਰਿਤਸਰ।